ਸਾਨੂੰ ਇਹ ਮੀਡੀਆ ਦੇ ਥਰੂ ਖਬਰ ਮਿਲੀ ਸੀ ਕਿ ਹਰਜੀਤ ਸਿੰਘ ਨੂੰ ਸ਼ਾਇਦ ਇੱਥੇ ਪੇਸ਼ ਕਰਨਗੇ ਅਤੇ ਉਹਦੀ ਇਹ ਵੇਟ ਵਾਸਤੇ ਇੰਤਜ਼ਾਰ ਲਈ ਇੱਥੇ ਖੜ੍ਹੇ ਸੀ ਕਿ ਉਹਨਾਂ ਨੂੰ ਮਿਲਦੇ ਹਾਂ ਅਤੇ ਕੀ ਉਹਨਾਂ ਦੀ ਪੁਜੀਸ਼ਨ ਹਾਲਾਤ ਕੀ ਕੈਸੇ ਉਹਨਾਂ ਨਾਲ ਕੋਈ ਸਲਾਹ ਕੀ ਅਤੇ ਅਗਰ ਸਾਡੇ ਨਾਲ ਕੋਈ ਮੁਲਾਕਾਤ ਹੋ ਸਕਦੀ ਹੋਈ ਅਤੇ ਉਹਨਾਂ ਦੀ ਕੋਈ ਦਵਾਈ ਦਾ ਆਊ ਅਮਰਤਪਾਲ ਜੀ ਬਾਰੇ ਉਹ ਵੀ ਚਿੰਤਤ ਸੀਗੇ ਉਹ ਕਿਉਂ ਅਜੇ ਤੱਕ ਉਹਨਾਂ ਦਾ ਕੋਈ ਪਤਾ ਹੋ ਕਹਿੰਦੇ ਸਾਨੂੰ ਪੁੱਛਿਆ ਉਹਨਾਂ ਕਿ ਤੁਹਾਨੂੰ ਕੋਈ ਉਹਦੀ ਜਾਣਕਾਰੀ ਹੈ ਉਹਦੇ ਬਾਰੇ ਚ ਸਾਨੂੰ ਤੇ ਇਹੋ ਮੀਡੀਆ ਦੇ ਥਰੂ ਹੀ ਪਤਾ ਹੈ ਵੀ ਅਜੇ ਤੱਕ ਉਹ ਪੁਲਿਸ ਕਹਿ ਰਹੀ ਹੈ ਵੀ ਨਹੀਂ ਸਾਡੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਚ ਅਮਰਤਪਾਲ ਬਾਰੇ ਪਤਾ ਨੀ ਲੱਗ ਰਿਹਾ ਪ੍ਰਸ਼ਾਸਨ ਕਹਿ ਰਿਹਾ ਨਹੀਂ ਪਕੜ ਦੇ ਵਿੱਚ ਹੈਗਾ ਤੁਹਾਡਾ ਪਰਿਵਾਰ ਕਹਿ ਰਿਹਾ ਕਿ ਪਕੜ ਦੇ ਵਿੱਚ ਆ ਤੇ ਹਰਜੀਤ ਸਿੰਘ ਨਾਲ ਜਦੋਂ ਗੱਲ ਹੋਈ ਉਹਨਾਂ ਕੀ ਦੱਸਿਆ ਕਿ ਉਹ ਵੀ ਕਹਿੰਦੇ ਕਿ ਮੈਨੂੰ ਵੀ ਉਮੀਦ ਹੈ ਕਿ ਪਕੜ ਚ ਹੋਊਗਾ ਮੈਂ 100% ਸ਼ੋਰ ਨਹੀਂ ਕਹਿ ਸਕਦਾ ਲੇਕਿਨ ਜਿੱਦਾਂ ਦੇ ਹਾਲਾਤ ਹੈ ਨਹੀਂ ਪਹਿਲਾਂ ਇਕੱਠੇ ਗਏ ਸੀ ਉੱਥੇ ਪਤਾ ਨਹੀਂ ਕਿਵੇਂ ਪੁਲਿਸ ਅਫਸਰ ਨਾਲ ਗੱਲ ਕਰਨ ਲੱਗ ਪਈ ਉਦੋਂ ਮਗਰੋਂ ਉਦੋਂ ਮੈਂ ਜਦੋਂ ਵਾਪਸ ਆਏ ਉਦੋਂ ਉਹ ਬੰਦੇ ਹੈ ਨਹੀਂ ਸੀ ਵਿੱਚ ਕਿਹਾ ਜਾ ਰਿਹਾ ਕਿ ਜੀ ਉੱਥੇ ਨਸ਼ਾ ਛੁਡਾਓ ਕੇਂਦਰ ਸੀ ਉੱਥੇ ਹਥਿਆਰ ਇਕੱਠੇ ਕੀਤੇ ਜਾ ਰਹੇ ਸੀ ਤੇ ਦਾਇਨ ਹਮਲੇ ਦੀ ਕੋਈ ਤਿਆਰੀ ਸੀ ਐਵੇਂ ਬੇਕੂਫੀ ਇਹ ਬਕਵਾਸ ਕੀਤਾ ਜਾ ਰਿਹਾ ਖਾਲੀ ਬਦਨਾਮ ਕੀਤਾ ਜਾ ਰਿਹਾ ਐਸੇ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਵੀ ਡੇਲੀ ਜਾਂਦੇ ਸੀ ਉੱਥੇ ਇਹਨਾਂ ਪੁਲਿਸ ਨੇ ਵੀ ਸਰਚ ਕੀਤੀ ਹੈ ਇਹੋ ਜਿਹਾ ਤਾਂ ਕੋਈ ਚੀਜ਼ ਏਕੇਐਫ ਦਾ ਬੜਾ ਜ਼ਿਕਰ ਹੋ ਰਿਹਾ ਕਿ ਇਹ ਫੌਜ ਤਿਆਰ ਕੀਤੀ ਜਾ ਰਹੀ ਸੀ ਤੇ ਮੁੰਡਿਆਂ ਨੂੰ ਟ੍ਰੇਨ ਕੀਤਾ ਜਾ ਰਿਹਾ ਸੀ ਇਹਦਾ ਮਤਲਬ ਕੀ ਹੈ ਇਹ ਕਿਹਾ ਉਹਨਾਂ ਨੇ ਆਪਣੇ ਜਿਹੜੇ ਬੰਦੇ ਸੀ ਉਹਦਾ ਨਾਂ ਅਨੰਦਪੁਰ ਖਾਲਸਾ ਫੌਜ ਜਿੱਦਾਂ ਆਪਾਂ ਨਿਹੰਗ ਸਿੰਘ ਫੌਜਾਂ ਕਹਿ ਦਿੰਦੇ ਹਾਂ ਉਹ ਤਾਂ ਇਹ ਕੋਈ ਇੱਕ ਨਾਰਮਲ ਸੀ ਗੱਲ ਸੀ ਕਿ ਉਹਨੂੰ ਐਵੇਂ ਵਧਾ ਚੜਾ ਕੇ ਪੰਜਾਂ ਸੱਤਾਂ ਬੰਦਿਆਂ ਨਾਲ ਫੌਜ ਉਹ ਜਿੰਨੇ ਬੰਦੇ ਸ਼ੁਰੂ ਤੋਂ ਹੀ ਉਨੇ ਹੀ ਹੁਣ ਤੱਕ ਸੀ ਫੌਜ ਕਿਹੜੀ ਫੌਜ ਤਿਆਰ ਕੀਤੀ ਇਹਨਾਂ ਨੇ ਇਹ ਸਾਡੇ ਖਾਲੀ ਉਹਨੂੰ ਬਦਨਾਮ ਕੀਤਾ ਜਾ ਰਿਹਾ ਬਿਨਾਂ ਵਜ੍ਹਾ ਕੱਲ੍ਹ DIG ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਆਖਿਆ ਕਿ 6 ਤੋਂ 7 ਮੁਕੱਦਮੇ ਦਰਜ ਨੇ ਅਮਰਤਪਾਲ ਸਿੰਘ ਹੋਣਾ ਦੇ ਉੱਪਰ ਬੜੇ ਗੰਭੀਰ ਨੇ ਪਾਕਿਸਤਾਨ ਦੇ ਨਾਲ ਲਿੰਕ ਨੇ ISI ਏਜੰਟ ਵੀ ਕਿਹਾ ਗਿਆ ਦਲਜੀਤ ਸਿੰਘ ਕੋਲ 35 ਕਰੋੜ ਬੈਠੇ ਨੇ ਖਾਲਿਸਤਾਨੀ ਸਮਰਥਕ ਉਹਨਾਂ ਦੇ ਨਾਲ ਲਿੰਕ ਹੈ ਕਿ ਗੱਲ ਆ ਕਿ ਕਦੀ ਉਹਨਾਂ ਨੇ ਜ਼ਿਕਰ ਕੀਤਾ ਇਹ ਸਭ ਪ੍ਰੋਪੇਗੈਂਡਾ ਝੂਠ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਐਸ ਇਹੋ ਜੀ ਕੋਈ ਗੱਲ ਨਹੀਂ ਨਾ ਕਿਸੇ ਨਾਲ ਲਿੰਕ ਨਹੀਂ ਉਹਦੇ ਉਹ ਨਾਰਮਲ ਕੰਮ ਕਰ ਰਿਹਾ ਸੀ ਬਸ ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਆ ਇਹ ਆਪਣੇ ਕੰਮ ਨਹੀਂ ਕਰ ਰਹੇ ਹੋਰ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਲੱਗੇ ਹੋਏ ਇਹ ਵੀ ਕਿਹਾ ਗਿਆ ਕਿ ਪ੍ਰੈਸ ਕਾਨਫਰੰਸ ਕਰਕੇ ਵੱਡੇ ਖਲਾਸੇ ਕੀਤੇ ਜਾਣਗੇ ਮੈਨੂੰ ਸਾਹਮਣੇ ਆਇਆ ਯਾਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਜਿਹੜੇ ਸਾਥੀ ਦਲਜੀਤ ਸਿੰਘ ਕਲਸੀ ਸੀ ਉਹਨਾਂ ਕੋਲੋਂ 35 ਕਰੋੜ ਜਿਹੜੇ ਫੰਡਿੰਗ ਉਹਦੇ ਡਾਕੂਮੈਂਟ ਮਿਲੇ ਨੇ ਜੀ ਉਹਨਾਂ ਨੂੰ ਪ੍ਰੂਫ ਮਿਲੇ ਨੇ ਚਲੋ ਉਹ ਤੇ ਦਲਜੀਤ ਸਿੰਘ ਕਲਸੀ ਦੱਸ ਸਕਦੇ ਆ ਜਾਂ ਹੋਰ ਹਾਈ ਲੈਵਲ ਦੇ ਬੰਦੇ ਦੱਸਦੇ ਸਾਨੂੰ ਜਿੰਨੀ ਕਿ ਸਾਡੇ ਨੌਲੇਜ ਸੀ ਇਹ ਇਦਾਂ ਦੀ ਸਾਨੂੰ ਤਾਂ ਨਹੀਂ ਕੋਈ ਜਾਣਕਾਰੀ ਇਹਨਾਂ ਨੇ ਫੰਡਿੰਗ ਉਹ ਕਰਦੇ ਸੀ ਇਹਨਾਂ ਨੂੰ ਚਲੋ ਉਹ ਤੇ ਹੁਣ ਹਰਜੀਤ ਸਿੰਘ ਦਾ ਸਾਨੂੰ ਇਹਨਾਂ ਰਾਤ ਨੂੰ ਇਹ ਦੱਸਿਆ ਤੇ ਦਿਨੇ ਮੀਡੀਆ ਤੋਂ ਪਤਾ ਲੱਗਾ ਕਿ ਉਹ ਗ੍ਰਿਫਤਾਰ ਹੋ ਗਏ ਆ ਤੇ ਹੁਣ ਮੀਡੀਆ ਹੁਣ ਇਹ ਤੋਂ ਨਿਊਜ਼ ਤੋਂ ਹੀ ਪਤਾ ਲੱਗਿਆ ਵੀ ਉਹਨਾਂ ਸ਼ਾਇਦ ਬਾਬਕਾਲਾ ਲੈ ਕੇ ਆ ਰਹੇ ਇਸ ਲਈ ਇਸੇ ਕਰਕੇ ਸੀ ਇਹਨੇ ਨਾਲ ਦੱਸਿਆ ਜਾ ਰਿਹਾ ਕਿ 8 ਤੋਂ 9 ਹਥਿਆਰ ਨਾਲ ਲੈ ਕੇ ਚੱਲਦੇ ਸੀ ਉਹ ਸਾਰੇ ਹੀ ਨਜਾਇਜ਼ ਸੀ ਨਹੀਂ ਸਾਰੇ ਨਜਾਇਜ਼ ਨਹੀਂ ਸੀ ਹੁਣ ਬਾਅਦ ਚ ਨਜਾਇਜ਼ ਬਣਾ ਦਿੱਤੇ ਹੁਣ ਤੇ ਵੱਖਰੀ ਗੱਲ ਹੈ ਪਹਿਲਾਂ ਤਾਂ ਸਾਰੇ ਜਾਇਜ਼ ਸੀ ਸਿੰਘ ਜੀ ਤੁਸੀਂ ਕੋਰਟ ਚ ਪੁੱਜੇ ਹਾਂਜੀ ਹਾਂ ਤੇ ਕੀ ਵੇਖਿਆ ਤੁਸੀਂ ਅਸੀਂ ਵੇਖ ਉਹਨਾਂ ਦੀ ਵੇਟ ਕਰ ਰਹੇ ਹਾਂ ਇੱਥੇ ਤੇ ਕੁਝ ਹੁਣ ਪਤਾ ਨਹੀਂ ਕਿ ਉਹ ਲੈ ਕੇ ਆਉਂਦੇ ਆ ਕਿ ਨਹੀਂ ਲੈ ਕੇ ਆਉਂਦੇ ਇਹ ਇਹ ਵੀ ਪਤਾ ਇਹ ਵੀ ਲੱਗ ਰਿਹਾ ਜੀ ਉਹਨਾਂ ਨੂੰ ਆਸਾਮ ਲੈ ਕੇ ਚਲੇ ਗਏ ਚਲੋ ਉਹ ਵੀ ਹੋ ਸਕਦਾ ਆਸਾਮ ਲੈ ਕੇ ਜਾਣ ਤੁਸੀਂ ਕਿ ਸਾਨੂੰ ਕੀ ਲੱਗਦਾ ਕਿਉਂ ਲੈ ਕੇ ਜਾਣਾ ਪਤਾ ਨਹੀਂ ਕਿਉਂ ਜਦੋਂ 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 ਸਾਰੀਆਂ ਚੀਜ਼ਾਂ ਪੰਜਾਬ ਚ ਵਾਪਰ ਰਹੀਆਂ ਤੇ ਫਿਰ ਆਸਾਮ ਲੈ ਕੇ ਜਾਣ ਦੀ ਤਾਂ ਕੋਈ ਤੁੱਕ ਨਹੀਂ ਕਿਉਂ ਇਹ ਇਸ ਚੀਜ਼ ਨੂੰ ਇਨਾ ਹਾਈਲਾਈਟ ਇਦਾਂ ਲੋਕਾਂ ਨੂੰ ਕੰਬਲ ਪੁੱਸੇ ਚ ਪਾਇਆ ਜਾ ਰਿਹਾ ਉਹਨਾਂ ਦੇ ਖਿਲਾਫ ਕਿਉਂ ਇਹੋ ਜਿਹਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਉਹ ਇੱਕ ਨਾਰਮਲ ਆਦਮੀ ਸੀ ਉਹਨਾਂ ਨੂੰ ਐਡੇ ਵੱਡੇ ਕ੍ਰਿਮੀਨਲ ਪੇਸ਼ ਕੀਤਾ ਜਾ ਰਿਹਾ ਕਿਉਂ ਇਸ ਕਿਸਮ ਦੀ ਨਹੀਂ ਡਰ ਸਾਨੂੰ ਇਹੋ ਹੀ ਹੈ ਕਿ ਉਹਨੂੰ ਸਾਹਮਣੇ ਕਿਉਂ ਨਹੀਂ ਲਿਆ ਰਹੇ ਉਹਨੂੰ ਉਹਦੇ ਨਾਲ ਕੋਈ ਗਲਤ ਫੇਕ ਐਨਕਾਊਂਟਰ ਆ ਰਹਾ ਵਗੈਰਾ ਦਾ ਡਰ ਸਾਡੇ ਮਨ 'ਚ ਹਰ ਵੇਲੇ ਜਿੰਨਾ ਚਿਰ ਟਾਈਮ ਵਧੀ ਜਾਂਦਾ ਉਹਨਾਂ ਚਿਰ ਡਰ ਵਧੀ ਜਾਂਦਾ ਪਰਿਵਾਰ ਨੂੰ ਮਿਲਿਆ ਪ੍ਰਸ਼ਾਸਨ ਤੁਹਾਡੇ ਘਰ ਰੋਜ਼ਾਨਾ ਆਉਂਦਾ ਨਹੀਂ ਕੋਈ ਉਹ ਪਰਸੋਂ ਤੋਂ ਬਾਅਦ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਕਿ ਸਮਰਥਕਾਂ ਨੂੰ ਵੀ ਪਿੰਡਾਂ ਚੁੱਕ ਰਹੇ ਨੇ ਪੁਲਿਸ ਵਾਲੇ ਹਾਂ ਬਹੁਤ ਤੰਗ ਕੀਤਾ ਜਾ ਰਿਹਾ ਹਰ ਜਗ੍ਹਾ ਤੋਂ ਇਹ ਖਬਰ ਮਿਲੀ ਕਿ ਜੋ ਵੀ ਕੋਈ ਉਹਨਾਂ ਨਾਲ ਕਿਸ ਦੀ ਫੋਟੋ ਆ ਕੋਈ ਉਹਨਾਂ ਨਾਲ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਡਰਾਇਆ ਜਾ ਰਿਹਾ ਸਾਰਿਆਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਨਾਂ ਨੂੰ ਦੁਬਈ ਤੋਂ ਪੰਜਾਬ ਹੀ ਨਹੀਂ ਆਉਣਾ ਚਾਹੀਦਾ ਇਹ ਮੂਵਮੈਂਟ ਕੀ ਨਹੀਂ ਇਹੋ ਜਿਹੀ ਤਾਂ ਨਹੀਂ ਮਹਿਸੂਸ ਕਰਦੇ ਅਸੀਂ ਅਸੀਂ ਇਹ ਚੀਜ਼ ਹੈ ਕਿ ਉਹ ਚੰਗੇ ਕੰਮ ਲਈ ਆਏ ਸੀ ਚੰਗਾ ਕੰਮ ਕਰ ਰਹੇ ਸੀ ਇਹ ਬਦਨਾਮ ਕਰ ਰਹੇ ਵੱਖਰੀ ਗੱਲ ਹੈ ਉਹ ਜੋ ਆਪੇ ਸੱਚ
मिलते जुलते ਪਿੰਡ ਦੇ ਲੋਕ ਠੀਕ ਠਾਕ ਹੈ ਪਿੰਡ ਦੇ ਲੋਕ ਸਰਦੀ ਕਰਾ ਠੀਕ ਜਦੋਂ ਅਜਨਾਲੇ ਘਟਨਾ ਹੁੰਦੀ ਤੁਸੀਂ ਅਜਨਾਲੇ ਸੀ ਕਿ ਘਰ ਸੀ ਉਸ ਨਹੀਂ ਨਹੀਂ ਅਸੀਂ ਘਰ ਸੀਗੇ।